ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹੋ ਸਾਰੇ? ਉਮੀਦ ਆ ਸਾਰੇ ਠੀਕ ਹੋਵੋਗੇ। ਵੈਲਕਮ ਟੂ ਅਵਰ ਚੈਨਲ ਰੋਜੀ ਮਠਾੜੂ। ਪਰਸੋਂ ਮੈਂ ਇੱਕ ਰੀਲ ਪਾਈ ਸੀ ਜਿਹਦੇ ਵਿੱਚ ਮੈਨੂੰ ਬਹੁਤ ਸਾਰੇ ਕਮੈਂਟ ਆਏ ਨੇ ਕਿ ਦੀਦੀ ਤੁਸੀਂ ਇੰਨੇ ਉਦਾਸ ਕਿਉਂ ਹੋ, ਦੀਦੀ ਕੀ ਗੱਲ ਹੋ ਗਈ, ਕਿਉਂ ਤੁਸੀਂ ਇੰਨੇ ਸੈਡ ਹੋ? ਤਾਂ ਉਹਦੇ ਵਿੱਚ ਮੈਂ ਸੈਡ ਨਹੀਂ ਹੈਗੀ, ਅਸਲ ਦੇ ਵਿੱਚ ਟਾਇਰਡ ਹਾਂ। ਬਿਕੋਜ਼ ਅਸੀਂ ਗਏ ਸੀਗੇ ਅੰਮ੍ਰਿਤਸਰ, ਅਤੇ ਉਹ ਰੀਲ ਹੈਗੀ ਹੈ ਵਾਪਸੀ ਦੀ, ਅਤੇ ਸਫ਼ਰ ਦੇ ਵਿੱਚ ਨਾ ਥਕਾਵਟ ਬਹੁਤ ਜ਼ਿਆਦਾ ਹੋ ਗਈ ਸੀ, ਅਤੇ ਰੀਜ਼ਨ ਇਹ ਆ ਕਿ ਮੇਰਾ ਚਿਹਰਾ ਇੱਦਾਂ ਦਾ ਤਾਂ ਲੱਗ ਰਿਹਾ ਸੀ। ਮੈਨੂੰ ਉਹ ਰੀਲ ਬਾਰੇ ਪਤਾ ਵੀ ਨਹੀਂ ਸੀ, ਕਿਉਂਕਿ ਕਾਫ਼ੀ ਉਸ ਟਾਈਮ ਸੀਗੇ ਬਲੌਗਰਸ ਵੀ ਸੀਗੇ ਨਾਲ, ਅਤੇ ਕਾਫ਼ੀ ਵੀਡੀਓਜ਼ ਬਣੀਆਂ ਸੀਗੀਆਂ, ਅਤੇ ਉਹਦੇ ਵਿੱਚ ਮੈਨੂੰ ਨਹੀਂ ਪਤਾ ਕਦੋਂ ਕੈਮਰਾ ਮੇਰੇ ਵੱਲ ਘੁੰਮ ਗਿਆ, ਅਤੇ ਉਹ ਰੀਲ ਜਾਨੀ ਉਹ ਮੂਮੈਂਟ ਕੈਪਚਰ ਹੋਇਆ, ਅਤੇ ਮੈਂ ਫਿਰ ਉਹ ਵੀਡੀਓ ਆਪਣਾ ਕਲਿੱਪ ਕੱਢ ਕੇ ਵਿੱਚੋਂ ਥੋੜ੍ਹਾ ਜਿਹਾ ਚਲੋ ਮੈਂ ਰੀਲ ਦੇ ਤੌਰ 'ਤੇ ਪਾ ਤਾ, ਅਤੇ ਉਹਦੇ ਉੱਤੇ ਮੈਂ ਉਹ ਗਾਣਾ ਇਸ ਲਈ ਲਗਾਇਆ, ਕਾਫ਼ੀ ਜ਼ਿਆਦਾ ਕਮੈਂਟਸ ਆਏ ਸੀ ਮੈਨੂੰ, ਕਹਿੰਦੇ ਤੁਸੀਂ ਇੰਨਾ ਸੈਡ ਸੌਂਗ ਕਿਉਂ ਲਗਾਇਆ, ਵੀ ਦੇਖਣ 'ਚ ਵੀ ਸੈਡ ਲੱਗ ਰਹੇ ਹੋ ਅਤੇ ਸੌਂਗ ਵੀ ਤੁਸੀਂ ਇੱਦਾਂ ਦਾ ਲਗਾ ਤਾ, ਵੀ ਦੀਦੀ ਕੀ ਗੱਲ ਹੋ ਰਹੀ ਆ? ਅਤੇ ਉਹ ਸੌਂਗ ਅਸਲ 'ਚ ਮੈਂ ਤਾਂ ਲਾਇਆ ਸੀਗਾ ਕਿਉਂਕਿ ਉਹ ਮੇਰਾ ਫੇਵਰੇਟ ਸੌਂਗ ਆ, ਮੈਨੂੰ ਬਹੁਤ ਅੱਛਾ ਲੱਗਦਾ, ਅਤੇ ਕਾਫ਼ੀ ਜਾਣੀ ਮੈਨੂੰ ਪਸੰਦ ਆ ਉਹ ਸੌਂਗ, ਇਸ ਕਰਕੇ ਮੈਂ ਉਹ ਲਗਾਇਆ, ਅਤੇ ਇਸ ਤੋਂ ਇਲਾਵਾ ਹੋਰ ਕੋਈ ਰੀਜ਼ਨ ਨਹੀਂ ਸੀਗਾ, ਅਤੇ ਬਹੁਤ ਅੱਛਾ ਲੱਗਿਆ ਮੈਨੂੰ ਵੀ ਤੁਸੀਂ ਸਾਰੇ ਇੰਨਾ ਜ਼ਿਆਦਾ ਵੀ ਮੈਨੂੰ ਪਸੰਦ ਕਰਦੇ ਹੋ, ਕੇਅਰ ਕਰਦੇ ਹੋ, ਆਪਣਾ ਸਮਝਦੇ ਹੋ, ਅਤੇ ਥੈਂਕ ਯੂ ਜੀ। ਵੀਡੀਓਜ਼ ਪਸੰਦ ਆਉਂਦੀਆਂ ਨੇ, ਵਧੀਆ ਲੱਗਦੀਆਂ ਨੇ, ਤਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਕਮੈਂਟ ਕਰਨਾ ਨਾ ਭੁੱਲਿਓ। ਬਾਕੀ ਬਲੌਗ ਨੂੰ ਜ਼ਿਆਦਾ ਲੰਬਾ ਨਾ ਖਿੱਚਦੇ ਹੋਏ ਮੈਂ ਇੱਥੇ ਖਤਮ ਕਰਨ ਜਾ ਰਹੀ ਹਾਂ। ਜਿਹਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਿਓ। ਉਹਦੇ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚੂਗਾ ਕਿ ਮੇਰੀ ਵੀਡੀਓ ਪੈ ਗਈ ਆ, ਅਤੇ ਬਸ ਇੰਨਾ ਹੀ। ਥੈਂਕ ਯੂ, ਐਂਡ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ।